ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਆਪਾਂ ਵੱਖ ਵੱਖ ਪੋਲਿੰਗ ਬੂਥਾਂ ਤੇ ਜਾ ਕੇ ਜਿੱਥੇ ਕਵਰੇਜ ਦਿਖਾਈ ਹੈ ਜਿੱਥੇ ਉੱਥੇ ਸੁੱਖ ਸ਼ਾਂਤੀ ਦੇ ਨਾਲ ਸਾਰੀਆਂ ਵੋਟਾਂ ਪਈਆਂ ਨੇ ਔਰ ਹੁਣ ਵੀ ਪੈਣ ਜਾ ਰਹੀਆਂ ਨੇ ਸਾਡੇ ਨਾਲ ਨੇ ਮਾੜੀ ਬੁੱਚਿਆਂ ਦੇ ਦੋ ਕੈਂਡੀਡੇਟ ਜਿਹੜੇ ਖੜੇ ਆ ਆਪਸ ਵਿੱਚ ਉਹ ਬਿਲਕੁਲ ਸ਼ਾਂਤੀ ਦੇ ਨਾਲ ਆਪਸ ਵਿੱਚ ਭਰਾਵਾਂ ਦੀ ਵਾਂਗਰ ਖੜੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੋਨਾਂ ਕੈਂਡੀਡੇਟਾਂ ਨੂੰ ਜ਼ਰੂਰ ਦਿਖਾਇਆ ਜਾਵੇ ਭਾਈ ਨਿਸ਼ਾਨ ਸਿੰਘ ਜੀ ਇਲੈਕਸ਼ਨ ਵੀ ਹੋ ਰਹੀ ਹੈ ਇੱਕ ਦੂਜੇ ਦੇ ਵਿਰੋਧੀ ਹੋ ਫਿਰ ਵੀ ਭਰਾ ਬਣ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਇਹ ਤਾਂ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਇਲੈਕਸ਼ਨ ਤੇ ਆਉਂਦੀ ਰਹਿਣੀ ਹੈ ਅਸੀਂ ਪਿੰਡ ਦੇ ਭਾਈਚਾਰਾ ਬਣਾ ਕੇ ਤੇ ਰਹਿਣਾ ਚਾਹੁੰਦੇ ਆ ਭਾਈਚਾਰਾ ਹੀ ਰੱਖਣਾ ਚਾਹੁੰਦੇ ਆ बड़ी वधिया तरीके ना होंदा ए आ कि पिंड दा गां तो विकास होएगा जिहड़े पहला सरपंच बड़े आ उन्होंने बड़े घबड़े कीते आ बड़ा कुछ कीता ओह लोग हुण फतवा देणगे ਹੋਰ ਦੇ ਇਹਨਾਂ ਦੇ ਹੱਕ ਜੇ ਉਹਨਾਂ ਦੇ ਖਿਲਾਫ ਕਿ ਉਹਨਾਂ ਨੇ ਪਹਿਲਾਂ ਕੀ ਘਬਲੇ ਕੀਤੇ ਤੇ ਹੋਣ ਵਾਲਿਆਂ ਤੋਂ ਕੀ ਆਸ ਆ ਅੱਗੇ ਸਾਨੂੰ ਬੜੀ ਆਸ ਆ ਕਿ ਆਉਣ ਵਾਲੇ ਸਮੇਂ 'ਚ ਪਿੰਡ ਦਾ ਵਿਕਾਸ ਕਰਨਗੇ ਕਿਹੜੀ ਕਿਹੜੀ ਡਿਵੈਲਪਮੈਂਟ ਚੱਲਦੀ ਹੈ ਪਿੰਡ ਵਿੱਚ ਸਾਡੇ ਪਿੰਡ 'ਚ ਪਹਿਲਾਂ ਕੁਝ ਹੋਇਆ ਹੀ ਨਹੀਂ ਜੀ ਕੋਈ ਵਿਕਾਸ ਹੋਇਆ ਹੀ ਨਹੀਂ ਸਾਰੇ ਕੰਮ ਕੋਈ ਗਲੀਆਂ ਨਾਲੀਆਂ ਦਾ ਕੋਈ ਛੱਪੜਦਾ ਨਹੀਂ ਕੋਈ ਪਾਰਕ ਦਾ ਨਹੀਂ ਆ ਕੋਈ ਡਿਸਪੈਂਸਰੀ ਦਾ ਕੋਈ ਹਾਲ ਨਹੀਂ ਆ ਟੋਟਲ ਪਿੰਡ ਦਾ ਵਿਕਾਸ ਰੁਕਿਆ ਪਿਆ ਸੀਗਾ ਜਿਹੜਾ ਹੁਣ ਸਾਨੂੰ ਪੂਰਨ ਆਸ ਆ ਕਿ ਆਉਣ ਵਾਲੇ ਸਮੇਂ 'ਚ ਵਿਕਾਸ ਹੋਵੇਗਾ ਜੇ ਤੁਹਾਡੇ ਪਿੰਡ ਦੀ ਗੱਲ ਕੀਤੀ ਜਾਵੇ ਤੇ ਪਹਿਲਾਂ ਬਹੁਤ ਐਡਵਾਂਸ ਸੀ ਜਿਹਦਾ ਫੋਕਲ ਪੁਆਇੰਟ ਇੱਥੇ ਆਇਆ ਹੋਰ ਬੜਾ ਕੁਝ ਆਇਆ ਸੀ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਚੀਜ਼ਾਂ ਗੈਪ ਕਿਉਂ ਹੁੰਦੀਆਂ ਗਈਆਂ ਸਾਡੇ ਪਿੰਡ 'ਚ ਪਾਣੀ ਵਾਲੀ ਟੈਂਕੀ ਵੀ ਆਈ ਸੀ ਜਿਹੜੀ ਇੱਥੋਂ ਚਲੀ ਗਈ ਸਾਡੇ ਪਿੰਡ ਦੀਆਂ ਕੁਝ ਪੁਰਾਣੀਆਂ ਕਮੀਆਂ ਕਾਰਨ ਸਾਡੇ ਪਿੰਡ ਦੇ ਵਿੱਚ ਬਿਜਲੀ ਘਰ ਵੀ ਆਇਆ ਸੀਗਾ ਜਿਹੜਾ ਉਹ ਵੀ ਇੱਥੋਂ ਚਲਾ ਗਿਆ ਉਹ ਵੀ ਕਿਸੇ ਦੇ ਕੋਈ ਖਾਮੀਆਂ ਸੀਗੀਆਂ ਉਹਦੇ ਕਾਰਨ ਅਸੀਂ ਉਹ ਚੀਜ਼ਾਂ ਜਿਹੜੀਆਂ ਵੀ ਹੁਣ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ 'ਚ ਚੰਗੀ ਪੰਚਾਇਤ ਬਣੇਗੀ ਉਹ ਸਾਰਾ ਕੁਝ ਵਾਪਸ ਆਊਗਾ ਤੁਹਾਡਾ ਕੀ ਕਹਿਣਾ ਇਸ ਚੀਜ਼ ਨੂੰ ਲੈ ਕੇ ਇਸ ਚੀਜ਼ ਲੈ ਕੇ ਹੈ ਕਿ ਜੋ ਹੁਣ ਤੱਕ ਪਹਿਲਾਂ ਤੋਂ ਪਿੰਡ ਦੇ ਮੁਖੀ ਬਣੇ ਨੇ ਜਿਨ੍ਹਾਂ ਨੇ ਕੁਛ ਵੀ ਪਿੰਡ ਦੇ ਸਵਾਰਿਆ ਜੋ ਵੀ ਇਸ ਪਿੰਡ ਦੇ ਆਇਆ ਜਿੱਦਾਂ ਟੈਂਕੀ ਆਏ ਸੀ ਉਦੋਂ ਵੱਧ ਪਾਵਰ ਬਿਜਲੀ ਘਰ ਆਇਆ ਸੀ ਪਾਰਕ ਆਏ ਸੀ ਸਭ ਦੂਜੇ ਪਿੰਡ ਵਾਲੇ ਸਾਡੇ ਕੋਲ ਆ ਗਏ ਤੇ ਨਾ ਇਹਨਾਂ ਪਹਿਲਾਂ ਸਰਪੰਚਾਂ ਨੇ ਕੋਈ ਗੱਲ ਕੀਤੀ ਨਾ ਇਹਨਾਂ ਪਹਿਲਾਂ ਮੁਖੀ ਹੈ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਨੇ ਇਹਨਾਂ ਨੇ ਕੁਛ ਨਹੀਂ ਸਾਡੇ ਪਿੰਡ ਕੀਤਾ ਅਸੀਂ ਸਭ ਰਲ ਕੇ ਸਾਰੇ ਪਿੰਡ ਦਾ ਸਾਥ ਲੈ ਕੇ ਅਸੀਂ ਪਿੰਡ ਨੂੰ ਇੱਕ ਵਾਰੀ ਤਰੱਕੀ ਦੇ ਰਾਹ ਦੁਬਾਰਾ ਲੈ ਕੇ ਆਵਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਦੇਖੋ ਜੇ ਅੱਜ ਇਲੈਕਸ਼ਨ ਹੋ ਰਹੀ ਆ ਤੇ ਕਈਆਂ ਪਿੰਡਾਂ ਦੇ ਵਿੱਚ ਇੱਕ ਦੂਜੇ ਵੱਲ ਕੌੜਾ ਵੇਖਿਆ ਜਾ ਰਿਹਾ ਵਾ ਕਈ ਤਾਂ ਜਗ੍ਹਾ ਦੇ ਉੱਤੇ ਛੋਟੀਆਂ ਮੋਟੀਆਂ ਝਗੜੇ ਵੀ ਹੋ ਰਹੇ ਆ ਲੇਕਿਨ ਕਿੰਨੇ ਪੀਸਫੁਲੀ ਤਰੀਕੇ ਦੇ ਨਾਲ ਦੋਵੇਂ ਕੈਂਡੀਡੇਟ ਜਿਹੜੇ ਆ ਉਹ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਆ ਇਹ ਵੀ ਗੱਲ ਕਰਦੇ ਆ ਕਿ ਜੇ ਦੋਨਾਂ ਦੇ ਵਿੱਚ ਲੋਕ ਜਿਹਨੂੰ ਵੀ ਫਤਵਾ ਦੇਣਗੇ ਦੂਜੇ ਦੇ ਨਾਲ ਚੱਲ ਕੇ ਤੇ ਪਿੰਡ ਦੇ ਵਿਕਾਸ ਤੇ ਖੁਸ਼ਹਾਲੀ ਵਾਸਤੇ ਤਤਪਰ ਰਹਿਣਗੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਣ ਬਟਾਲਾ ਗੁਰਦਾਸਪੁਰ ਦੈਨਿਕ ਸਵੇਰਾ ਅਤੇ ਫੋਕਸਵੈਗਨ 18, 19 ਅਤੇ 20 ਅਕਤੂਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤੁਹਾਡੇ ਲਈ ਲੈ ਆਏ ਨੇ ਆਟੋ ਐਕਸਪੋ 2024 ਜਿਸ ਵਿੱਚ ਤੁਹਾਨੂੰ ਮਿਲਣਗੀਆਂ ਲਗਜ਼ਰੀ ਕਾਰਾਂ ਬਾਈਕਸ ਕਿਡ ਜ਼ੋਨ ਆਕਰਸ਼ਕ ਤੋਹਫੇ ਫੂਡ ਕੋਰਟ ਲਾਈਵ ਪਰਫਾਰਮੈਂਸਿਸ ਫ੍ਰੀ ਮਹਿੰਦੀ ਤੇ ਨੇਲ ਆਰਟ ਵੀ ਦੁਪਹਿਰ 12 ਤੋਂ 8 ਵਜੇ ਤੱਕ ਪਹੁੰਚੋ ਜ਼ਰੂਰ ਆਟੋ ਐਕਸਪੋ 2024 ਐਸੋਸੀਏਟ ਸਪਾਂਸਰ ਅਡਾਨੀ ਗੈਸ ਇੰਟਰਟੇਨਮੈਂਟ ਪਾਰਟਨਰ ਮਿਰਚੀ ਐਂਡ ਗਾਨਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।